ਅਫਸਾਨਾ ਨੇ ਜਿਹੜੀ ਗਲਤੀ ਕੀਤੀ ਉਹ ਤਾਂ ਮੇਰੇ ਖਿਆਲ ਦੇ ਨਾਲ ਗਲਤੀ ਵੀ ਨਹੀਂ ਮੂਰਖਤਾ। ਅਸੀਂ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਦੇ ਮੂਹਰੇ ਇਸ ਤਰ੍ਹਾਂ ਦਾ ਗਾਈਏ ਜਿਹੜਾ ਕਿ ਬਾਹਰ ਹੀ ਵਿਵਾਦਿਤ ਆ, ਸਕੂਲ ਦੀਆਂ ਕੰਧਾਂ ਤੋਂ ਵਿਵਾਦਿਤ ਆ, ਤਾਂ ਬਚਣਾ ਚਾਹੀਦਾ ਸੀਗਾ। ਇਹ ਜਿਹੜੇ ਮਾਲ ਵੇਚਣ ਵਾਲੇ ਆ, ਮਾਫ਼ ਕਰਨਾ ਸਾਰੇ ਨਹੀਂ ਹੈ, ਬਹੁਤ ਵਧੀਆ ਹੈਗੇ ਨੇ ਫਨਕਾਰ, ਤਾਂ ਸਾਰੇ ਫਨਕਾਰ ਫਿਰ ਉਸ ਪਾਸੇ ਹੀ ਆ ਜਾਣਗੇ ਜਦੋਂ ਉਹਨਾਂ ਦੀ ਮਾਰਕੀਟ ਜਿਹੜੀ ਹੈ ਉਹ ਸ਼ਟ ਡਾਊਨ ਹੋ ਜਾਏਗਾ। ਤੁਸੀਂ ਕਿਸੇ ਬੱਚੇ ਨੂੰ ਬੌਧਿਕ ਪੱਧਰ 'ਤੇ ਵਿਕਾਸਸ਼ੀਲ ਕਰਦੇ ਨੇ ਕਿ ਨਹੀਂ ਯਾਰ ਆਹ ਚੰਗਾ ਸੁਣਨਾ ਹੈ, ਚੰਗਾ ਤੂੰ ਦੇਖਣਾ, ਚੰਗਾ ਤੂੰ ਸੰਗਤ ਕਰਨਾ, ਤਾਂ ਮੇਰੇ ਖਿਆਲ ਨਾਲ ਬਹੁਤ ਹੱਲ ਹੋ ਸਕਦੇ ਆ। ਤੁਸੀਂ ਦੇਖੋਗੇ ਸਰਤਾਜ ਦੀ ਗਾਇਕੀ ਹੈ, ਜਿਹਨੇ ਸਰਤਾਜ ਦੀ ਗਾਇਕੀ ਦਾ ਲੁਤਫ ਲੈ ਲਿਆ ਉਹਨੂੰ ਪਤਾ ਹੀ ਨਹੀਂ ਹੈ, ਉਹਦੇ ਲਈ ਉਹ ਬਹੁਤ ਵੱਡੀ ਚੀਜ਼ ਆ। ਵਾਰਸ ਬ੍ਰਦਰਸ ਆ, ਵਾਰਸ ਭਰਾ, ਕਿੰਨੇ ਹੋਰ ਮੁੰਡੇ ਵੀ ਆਏ ਆ। ਮੇਰੀ ਗੱਲ ਦਾ ਮਜ਼ਮੂਨ ਹੀ ਉਹੀ ਹੈ ਕਿ ਤੁਸੀਂ ਇੱਕ ਐਸੀ ਜਮਾਤ ਪੈਦਾ ਕਰੋ ਜੋ ਬਹੁ ਗਿਣਤੀ 'ਚ ਹੋਵੇ, ਚੰਗੇ ਨੂੰ ਲਾਈਕ ਕਰ ਦਿਓ, ਅਸੀਂ ਥੋੜ੍ਹਾ ਜਿਹਾ ਉਹ ਜਿਹੜਾ ਬਾਜ਼ਾਰ ਹੈ ਉਹ ਵਸੀਹ ਕਰੀਏ, ਮਿਆਰੀ ਬਾਜ਼ਾਰ ਜਿਹਨੂੰ ਆਪਾਂ ਕਹਿੰਦੇ ਹਾਂ, ਸਰੋਤਿਆਂ ਦਾ ਜਾਂ ਦਰਸ਼ਕਾਂ ਦਾ, ਤਾਂ ਕੀ ਉਹ ਨਹੀਂ ਕੀਤਾ ਜਾ ਸਕਦਾ? ਸਤਿ ਸ਼੍ਰੀ ਅਕਾਲ, ਮੈਂ ਜਸਪਾਲ ਮਾਨ, ਤੁਸੀਂ ਵੇਖ ਰਹੇ ਹੋ ਪੰਜਾਬ ਲੋਕਮਤ ਟੀਵੀ। ਅੱਜ ਇੱਕ ਖਾਸ ਪੇਸ਼ਕਸ਼ ਦੇ ਵਿੱਚ ਗੱਲਬਾਤ ਕਰਾਂਗੇ, ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਨੇ, ਗੁਰਸਰੀ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ, ਖਾਸ ਕਰਕੇ ਇਸ ਵੇਲੇ ਸਿੱਧੂ ਮੂਸੇਵਾਲ ਦੇ ਉੱਤੇ ਪਰਚਾ ਹੋਇਆ, ਉਸ ਤੋਂ ਬਾਅਦ ਅਫਸਾਨਾ ਖਾਨ ਦੇ ਉੱਤੇ ਵੀ ਇੱਕ ਕੰਪਲੇਂਟ ਆਈ ਉਹਨਾਂ ਦੇ ਖਿਲਾਫ, ਇਸ ਸਭ ਬਾਰੇ ਗੱਲਬਾਤ ਕਰਾਂਗੇ, ਨਾਲ ਦੀ ਨਾਲ ਪੰਜਾਬੀ ਫਿਲਮਾਂ ਬਾਰੇ ਵੀ ਗੱਲਬਾਤ ਕਰਾਂਗੇ, ਹੋਰ ਮਸਲਿਆਂ 'ਤੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਗੁਰਸਰੀ ਸਾਹਿਬ ਜੁੜੇ ਆ, ਗੁਰਸਰੀ ਸਾਹਿਬ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਗੁਰਸਰੀ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ ਕਿ ਸਿੱਧੂ ਮੂਸੇਵਾਲੇ 'ਤੇ ਪਰਚਾ ਹੋਇਆ, ਉਸ ਤੋਂ ਬਾਅਦ ਅਫਸਾਨਾ ਖਾਨ ਵੀ ਸਕੂਲ 'ਚ ਜਾਂਦੀ ਆ, ਉਹ ਵੀ ਵੀਡੀਓ ਵਾਇਰਲ ਹੋਈ, ਉਹਦੇ ਖਿਲਾਫ ਵੀ ਕੰਪਲੇਂਟ ਆ ਜਾਂਦੀ ਆ, ਇਹਨਾਂ ਸਭ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਅਫਸਾਨਾ ਨੇ ਜਿਹੜੀ ਗਲਤੀ ਕੀਤੀ ਉਹ ਤਾਂ ਮੇਰੇ ਖਿਆਲ ਦੇ ਨਾਲ ਗਲਤੀ ਵੀ ਨਹੀਂ ਮੂਰਖਤਾ। ਜਿਸ ਸਕੂਲ 'ਚੋਂ ਤੁਸੀਂ ਪੜ੍ਹੇ ਹੋ ਅਤੇ ਕੁਛ ਕਦਰਾਂ ਕੀਮਤਾਂ ਵੀ ਤਾਂ ਤੁਸੀਂ ਸਿੱਖੀਆਂ ਹੋਣਗੀਆਂ ਨਾ। ਅਸੀਂ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਦੇ ਮੂਹਰੇ ਇਸ ਤਰ੍ਹਾਂ ਦਾ ਗਾਈਏ ਜਿਹੜਾ ਕਿ ਬਾਹਰ ਹੀ ਵਿਵਾਦਿਤ ਆ, ਸਕੂਲ ਦੀਆਂ ਕੰਧਾਂ ਤੋਂ ਵਿਵਾਦਿਤ ਆ, ਤਾਂ ਬਚਣਾ ਚਾਹੀਦਾ ਸੀਗਾ। ਦੂਜੀਆਂ ਜਿਹੜੀਆਂ ਸ਼ਿਕਾਇਤਾਂ ਚੱਲ ਰਹੀਆਂ ਨੇ, ਪਰਚੇ ਚੱਲ ਰਹੇ ਆ, ਇੱਕ ਮੂਵਮੈਂਟ ਹੀ ਚੱਲ ਰਹੀ ਹੈ ਜਿਸ ਤਰ੍ਹਾਂ ਕਹਿ ਲਈਏ, ਤਾਂ ਦੇਖੋ ਮੇਰੇ ਖਿਆਲ ਦੇ ਨਾਲ ਰਾਈਟਰਾਂ ਨੂੰ ਵੀ ਵਿੱਚ ਲਿਆਉਣਾ ਚਾਹੀਦਾ। ਸਿੰਗਰਾਂ 'ਤੇ ਪਰਚੇ ਹੋ ਰਹੇ ਆ, ਸਿੰਗਰਾਂ 'ਤੇ ਸ਼ਿਕਾਇਤਾਂ ਹੋ ਰਹੀਆਂ, ਤਾਂ ਰਾਈਟਰ ਕਿਉਂ ਛੱਡੇ ਜਾ ਰਹੇ? ਪਰ ਰਾਈਟਰ, ਮੈਂ ਨਹੀਂ ਕਹਿੰਦਾ ਕਿ ਕੋਈ ਸੈਂਸਰਸ਼ਿਪ ਲਾ ਦਿਓ, ਕੋਈ ਬੈਨ ਕਰ ਦਿਓ, ਕੋਈ ਇਹਨਾਂ ਨੂੰ ਚੱਕ ਕੇ ਅੰਦਰ ਸੁੱਟ ਦਿਓ, ਤਾਂ ਘੱਟੋ ਘੱਟ ਕੋਈ ਐਸਾ ਤੁਸੀਂ ਪ੍ਰੋਗਰਾਮ 'ਤੇ ਉਲੀਕੋ ਨਾ ਕਿ ਇਹਨਾਂ ਨੂੰ ਸਮਝਾਇਆ ਜਾਵੇ। ਪਿੱਛੇ ਜੇ ਇਹਨਾਂ ਨੇ ਕੋਈ ਕੋਸ਼ਿਸ਼ ਕੀਤੀ ਸੀਗੀ, ਪੁਲਿਸ ਵਾਲਿਆਂ ਕੋਲ ਬੁਲਾ ਲੈਂਦੇ ਸੀਗੇ, ਪੁਲਿਸ ਵਾਲੇ ਕੋਈ ਸਾਹਿਤਕਾਰ ਥੋੜ੍ਹੀ ਨਾ, ਤੁਹਾਡੇ ਕੋਲ ਅੱਛੇ ਸਾਹਿਤਕਾਰ ਨੇ, ਉਹਨਾਂ ਦੀ ਸੰਗਤ ਦਿੱਤੀ ਜਾਵੇ ਇਹਨਾਂ ਨੂੰ। ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਧੇਰੇ ਜਿਹੜੇ ਆ ਨਾ ਉਹ ਪਤਾ ਹੀ ਨਹੀਂ, ਉਹਨਾਂ ਨੂੰ ਆਪਣੇ ਆਪ ਨੂੰ ਨਹੀਂ ਪਤਾ ਹੁੰਦਾ ਕਿ ਕੀ ਲਿਖਣਾ ਕੀ ਪੜ੍ਹਨਾ ਯਾਰ, ਕਿਉਂਕਿ ਇੱਕ ਤੁਹਾਨੂੰ ਟਾਰਗੇਟ ਦਿੱਤਾ ਜਾਂਦਾ, ਚੱਕਵਾਂ ਜਿਹਾ ਲਿਖਦੇ ਬਸ, ਇੱਕ ਟਾਰਗੇਟ ਦਿੱਤਾ ਜਾਂਦਾ ਕੰਪਨੀ ਵੱਲੋਂ, ਚੱਕਵਾਂ ਜਿਹਾ ਗਾ ਦੇ, ਬਸ ਉਹ ਚੱਕਵਾਂ ਹੀ ਆ, ਕਿਉਂਕਿ ਤੁਹਾਡੇ ਕੋਲ ਆਡੀਅੰਸ ਜਿਹੜੀ ਆ ਨਾ ਕਮਾਈ ਖੋਰੀ ਜਿਹਨੂੰ, ਉਹ ਯੂਥ ਆਡੀਅੰਸ, ਫਿਲਮਾਂ ਵਾਲੇ ਵੀ ਉਹਨਾਂ ਨੂੰ ਟਾਰਗੇਟ ਕਰਦੇ। ਮਾਫ਼ ਕਰਨਾ, ਮੈਂ ਜੁੜਿਆ ਹੋਇਆ, ਮੈਂ ਕਿੱਤਿਆਂ ਨਾਲ ਵੀ ਥੋੜ੍ਹਾ ਜੁੜਿਆ ਹੋਇਆ, ਵੈਸੇ ਗਲਤ ਫਸਾ ਲਿਆ ਤੁਸੀਂ ਮੈਨੂੰ ਕਈ ਵਾਰ, ਪੱਤਰਕਾਰਤਾ 'ਤੇ ਜਦੋਂ ਇਸ ਤਰ੍ਹਾਂ ਦੀ ਇੰਡਸਟਰੀ ਨਾਲ ਸਾਂਝੇ ਰੂਪ 'ਚ ਜੁੜੇ ਹੁੰਦੇ ਹੋ, ਫਿਰ ਡਰ ਰਹਿੰਦਾ ਉਹ ਨਾ ਗੁੱਸੇ ਹੋ ਜਾਣਾ, ਉਹ ਨਾ ਗੁੱਸੇ ਹੋ ਜਾਣਾ, ਪਰ ਚਲੋ ਜਿਹੜਾ ਵੀ ਗੁੱਸੇ ਹੁੰਦਾ ਖੈਰ ਸੰਦਾ। ਤਾਂ ਕਹਿਣ ਦਾ ਮਤਲਬ ਇਹ ਆ, ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਉਹ ਯੂਥ ਆਡੀਅੰਸ ਹੈ ਜਿਹਨੂੰ ਇਹ ਕੈਸ਼ ਕਰਦੀਆਂ ਦੋਨੇ ਇੰਡਸਟਰੀਆਂ, ਇਹ ਮੈਂ ਲਿਟਰਲੀ ਕਹਿੰਦਾ ਦੋਨੇ ਇੰਡਸਟਰੀਆਂ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਕੈਸ਼ ਕਰਦੀਆਂ ਨੇ, ਤਾਂ ਅਸੀਂ ਇਹਨਾਂ ਨੂੰ ਵੀ ਥੋੜ੍ਹਾ
ਬੌਧਿਕ ਪੱਧਰ ਤੇ ਉਤਾਹ ਨੂੰ ਲੈ ਕੇ ਚੱਲੀਏ ਨਾ, ਸਾਡੇ ਸਕੂਲੀ ਸਿਸਟਮ ਦੇ ਵਿੱਚ, ਅਕਾਦਮਿਕ ਸਿਸਟਮ ਦੇ ਵਿੱਚ ਅਸੀਂ ਉਹਨਾਂ ਦੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਹੈ ਉਹਨੂੰ ਸ਼ੁਰੂ ਤੋਂ ਹੀ ਪ੍ਰਫੁੱਲਿਤ ਕਰੀਏ ਨਾ। ਅਸੀਂ ਕਦੇ ਇੱਧਰ ਨਹੀਂ ਸੋਚਦੇ, ਕਿਉਂਕਿ ਅੱਛਾ ਇਨਸਾਨ ਜਦੋਂ ਅੱਛੇ ਮਾਇੰਡ ਸੈੱਟ ਦੇ ਨਾਲ ਅੱਗੇ ਵੱਧਦਾ ਹੈ ਤਾਂ ਉਹ ਰਸਤੇ 'ਚ ਨਹੀਂ ਦੇਖਦਾ ਆਸੇ ਪਾਸੇ ਕੀ ਪਿਆ, ਉਹਦਾ ਟੀਚਾ ਜਿਹੜਾ ਨਾ ਸਾਹਮਣੇ ਆ ਆਪਦੀ ਮੰਜ਼ਿਲ ਵੱਲ ਆ। ਤਾਂ ਸਾਨੂੰ ਚੰਗੇ ਕਿਰਦਾਰ ਬਣਾ ਦੇਣੇ ਚਾਹੀਦੇ ਆ, ਚੰਗੇ ਲਿਸਨਰ ਬਣਾ ਦੇਣੇ ਚਾਹੀਦੇ ਆ, ਚੰਗੀ ਸਾਨੂੰ ਆਡੀਅੰਸ ਪੈਦਾ ਕਰ ਦੇਣੀ ਚਾਹੀਦੀ ਆ ਆਪਦੇ ਸਮਾਜ ਦੇ ਵਿੱਚ। ਤਾਂ ਇਹ ਜਿਹੜੇ ਮਾਲ ਵੇਚਣ ਵਾਲੇ ਆ, ਮਾਫ਼ ਕਰਨਾ ਸਾਰੇ ਨਹੀਂ ਹੈ, ਬਹੁਤ ਵਧੀਆ ਹੈਗੇ ਨੇ ਫਨਕਾਰ, ਤਾਂ ਸਾਰੇ ਫਨਕਾਰ ਫਿਰ ਉਸ ਪਾਸੇ ਹੀ ਆ ਜਾਣਗੇ ਜਦੋਂ ਉਹਨਾਂ ਦੀ ਮਾਰਕੀਟ ਜਿਹੜੀ ਹੈ ਉਹ ਸ਼ਟ ਡਾਊਨ ਹੋ ਜਾਏਗੀ। ਮੇਰੇ ਕਹਿਣ ਦਾ ਮਤਲਬ ਕਿ ਇਹ ਚੀਜ਼ਾਂ ਕਰਨ ਵਾਲੀਆਂ ਨੇ। ਸ਼ਿਕਾਇਤਾਂ ਜੇ ਤੁਸੀਂ ਕਰਨੀਆਂ ਤਾਂ ਰਾਈਟਰਾਂ ਤੇ ਵੀ ਕਰੋ, ਰਾਈਟਰ ਲਿਖ ਕੇ ਪਾਸੇ ਹੋ ਜਾਂਦਾ, ਰਾਈਟਰ ਵੀ ਤਾਂ ਰਾਇਲਟੀ ਲੈਂਦਾ ਨਾ, ਉਹ ਵੀ ਤਾਂ ਹਿੱਸੇਦਾਰ ਹੈ, ਉਹ ਵੀ ਤਾਂ ਹਿੱਸੇਦਾਰ ਆ। ਸੋ ਇਸ ਕਰਕੇ ਸਾਰੇ ਪੱਖ ਤੋਂ ਹੀ ਤੁਹਾਨੂੰ ਵਿਚਾਰਨਾ ਪਊਗਾ, ਅੰਨੀ ਬਹਿਸ ਨਹੀਂ ਕਰਨੀ ਚਾਹੀਦੀ। ਮੈਂ ਉਹਦੇ ਖਿਲਾਫ ਹਾਂ ਕਿ ਤੁਸੀਂ ਤਸਵੀਰ ਦਾ ਇੱਕ ਪਾਸਾ ਵੇਖ ਕੇ ਚਲੋ, ਅੱਜ ਕੱਲ੍ਹ ਤਾਂ ਦੋ ਵੀ ਨਹੀਂ, ਦੋ ਦੇ ਨਾਲ ਜ਼ੀਰੋ ਲੱਗਦੀ ਹੈ, 20 ਪਾਸੇ ਆ ਤਸਵੀਰ ਦੇ, ਤੁਹਾਨੂੰ 20 ਪਾਸਿਓਂ ਹੀ ਵੇਖਣਾ ਪਊਗਾ। ਸੋ ਸਾਰੇ ਪਾਸਿਓਂ ਵੇਖਣਾ ਚਾਹੀਦਾ। ਔਰ ਮਾਫ਼ ਕਰਨਾ, ਮੈਂ ਉਹਨਾਂ ਲੋਕਾਂ ਦੇ ਨਾਲ ਹੈ ਜਿਹੜੇ ਇਹ ਚਾਹੁੰਦੇ ਆ ਕਿ ਸਾਡੀ ਗਾਇਕੀ ਵਧੀਆ ਹੋਵੇ, ਸਾਡੀ ਲੇਖਣੀ ਵਧੀਆ ਹੋਵੇ, ਪਰ ਉਹਦੇ ਲਈ ਮੈਂ ਉਹਨਾਂ ਲੋਕਾਂ ਨਾਲ ਵੀ ਹਾਂ ਜਿਹੜੇ ਕਹਿੰਦੇ ਕਿ ਸਾਡੀ ਜਿਹੜੀ ਆਡੀਅੰਸ ਹੈ ਉਹ ਵੀ ਵਧੀਆ ਹੋਵੇ। ਤਾਂ ਇਹ ਸਾਰੀਆਂ ਚੀਜ਼ਾਂ ਇੱਕ ਸਮਤੋਲ ਬਣਾ ਕੇ ਕੀਤੀਆਂ ਜਾਣ ਤਾਂ ਮੇਰੇ ਖਿਆਲ ਨਾਲ ਠੀਕ ਰਹੂਗਾ ਜੀ। ਅੱਛਾ ਗੁਰਸਰੀ ਸਾਹਿਬ, ਇੱਕ ਚੀਜ਼ ਹੋਰ ਆ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਫਿਲਮ ਕੋਈ ਗਾਣਾ ਆਉਂਦਾ ਉਹਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਹਿ ਲਓ ਜਾਂ ਹੋਰ ਸੂਝਵਾਨ ਲੋਕ ਕਹਿ ਲਓ, ਉਹ ਸਾਰੇ ਉਹਦਾ ਵਿਰੋਧ ਵੀ ਕਰਦੇ ਆ, ਉਹਦੇ ਖਿਲਾਫ਼ ਵੀ ਜਾਂਦੇ ਆ, ਉਹਦੇ ਹੱਕ 'ਚ ਭੁਗਤਦੇ ਆ, ਪਰ ਕਈ ਲੋਕ ਆਖਦੇ ਆ ਕਿ ਇਹਨਾਂ ਦੇ ਉੱਤੇ ਗੱਲ ਹੀ ਨਹੀਂ ਹੋਣੀ ਚਾਹੀਦੀ, ਫਿਰ ਇਹਨਾਂ ਨੂੰ ਇਹਨਾਂ ਦਾ ਨਿਬੇੜਾ ਕੀ ਆ, ਹੱਲ ਕੀ ਆ, ਜੇ ਆਪਾਂ ਗੱਲ ਵੀ ਨਹੀਂ ਕਰਾਂਗੇ ਉਹਨਾਂ ਦੇ ਖਿਲਾਫ਼ ਵੀ ਨਹੀਂ ਬੋਲਾਂਗੇ, ਹੱਕ 'ਚ ਵੀ ਨਹੀਂ ਬੋਲਾਂਗੇ? ਤਾਂ ਦੇਖੋ ਇਹ ਤਾਂ ਸ਼ੁਰੂ ਤੋਂ ਹੀ ਦੋ ਧਿਰਾਂ ਬਣ ਜਾਂਦੀਆਂ ਆਪਣੇ ਪੰਜਾਬੀਆਂ ਦੇ ਵਿੱਚ, ਤਾਂ ਖਾਸ ਤੌਰ 'ਤੇ ਹੈ ਨਾ, ਆਪਣੇ ਬਗਾਵਤ ਵੀ ਹੈ ਖੂਨ 'ਚ ਔਰ ਧੜੇਬੰਦੀ ਵੀ ਹੈ। ਤੁਸੀਂ ਦੇਖੋਗੇ ਸਿਆਸਤ ਤੋਂ ਲੈ ਕੇ ਧਰਮ ਤੋਂ ਤੱਕ, ਤੁਸੀਂ ਦੇਖ ਲਓ ਅੱਜ ਦੇ ਦੌਰ 'ਚ ਕੀ ਹੈ, ਢੱਡਰੀਆਂ ਵਾਲਾਂ ਅਤੇ ਟਕਸਾਲੀਆਂ ਦਾ ਜਿਹੜਾ ਵਿਵਾਦ ਆ, ਉੱਥੇ ਵੀ ਤਾਂ ਤੁਸੀਂ ਦੇਖੋਗੇ ਨਾ ਨੌਜਵਾਨ ਵੀ ਦੋ ਧਿਰਾਂ 'ਚ ਹੀ ਵੰਡੇ ਨਜ਼ਰ ਆਉਣਗੇ, ਠੀਕ ਹੈ। ਤਾਂ ਜੇ ਸਿਆਸਤ 'ਚ ਤੁਸੀਂ ਜਾਓਗੇ ਤਾਂ ਉੱਥੇ ਵੀ ਕਈ ਵਾਰ ਸਾਨੂੰ ਪਤਾ ਹੁੰਦਾ ਕਿ ਆਹ ਨੁਕਤਾ ਜਿਹੜਾ ਬਿਲਕੁਲ ਸਹੀ ਹੈ ਯਾਰ, ਸਹੀ ਹੈ, ਅਗਲਾ ਸਹੀ 'ਤੇ ਖੜਾ, ਪਰ ਅਸੀਂ ਕਹਿੰਦੇ ਕਿ ਨਹੀਂ ਸਾਡੀ ਵਿਚਾਰਧਾਰਾ ਜਾਂ ਸਾਡੀ ਸਿਆਸੀ ਪਾਰਟੀ ਹੈ ਜਿਹੜੀ ਉਹ ਆ, ਅਸੀਂ ਉੱਥੇ ਵੀ ਲਿਖਦੇ ਫਕੀਰ ਬਣ ਜਾਂਦੇ ਹਾਂ। ਸੋ ਧੜੇਬੰਦੀ ਹੈ, ਤਾਂ ਉਹ ਦੋ ਵਿਚਾਰਾਂ ਦੀ ਹੋਣੀ ਵੀ ਚਾਹੀਦੀ ਹੈ ਧੜੇਬੰਦੀ ਕਿਸੇ ਵੀ ਸਮਾਜ ਦੇ ਵਿੱਚ, ਅੱਛੀ ਹੈ ਕਿ ਡਿਸਕਸ਼ਨ ਤੁਹਾਡੀ ਚੱਲਣੀ ਚਾਹੀਦੀ ਆ, ਪਰ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਪੱਕਾ ਹੱਲ ਤੁਸੀਂ ਜਾਂ ਮੈਂ ਨਹੀਂ ਕਰ ਸਕਦੇ, ਕਿਉਂਕਿ ਅਸੀਂ ਅਥਾਰਟੀਆਂ ਨਹੀਂ ਹੈ। ਅਸੀਂ ਡਿਸਕਸ਼ਨ ਕਰ ਸਕਦੇ ਹਾਂ, ਅਸੀਂ ਆਪਣੇ ਵਿਊਜ਼ ਦੇ ਸਕਦੇ ਹਾਂ, ਪਰ ਜਿਨ੍ਹਾਂ ਨੇ ਕਰਨਾ ਕਰਨਾ ਕੀ ਆ ਕਿ ਸਰਕਾਰ ਜਿਹੜੀ, ਮੈਂ ਤੁਹਾਨੂੰ ਸ਼ੁਰੂ ਤੋਂ ਦੱਸਦੀ ਆ ਗੱਲ ਕਿ ਤੁਸੀਂ ਚੰਗਾ ਸਰੋਤਾ ਪੈਦਾ ਕਰ ਦੋਗੇ ਨਾ। ਲਓ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਅਸੀਂ ਬਾਲ ਸਭਾ ਦੇ ਵਿੱਚ ਸੀਗੇ, ਬਾਲ ਸਭਾ ਉਦੋਂ ਹੁੰਦੀਆਂ ਸੀ ਸ਼ਨੀਵਾਰ, ਅਸੀਂ ਹੁਣ ਦੇਖੋ ਬੜੀ ਮੈਂ ਕਹੂੰਗਾ ਕਿ ਹੈਗੇ ਸੀਗੇ ਜਿੱਦਾਂ ਕਹਿ ਲਈਏ ਕਿ ਪਛੜੀ ਸੋਸਾਇਟੀ 'ਚ ਜਿਵੇਂ ਭਲੇ ਸਾਂ, ਅਤੇ ਸਰਕਾਰੀ ਸਕੂਲ 'ਚ ਜਾਂਦੇ ਸੀ, ਅਤੇ ਉਹ ਸਾਡੇ ਨਾਲ ਦੇ ਨੇ ਉੱਠ ਕੇ, ਉਹ ਮੈਡਮ ਕਹਿੰਦੀ ਕਿ ਉੱਠ ਗਾਣਾ ਸੁਣਾ, ਉਹਨੇ ਜਾ ਕੇ ਤੇ ਚਮਕੀਲੇ ਦਾ ਸੁਣਾ ਤਾ, ਚੱਕ ਨੂੰ ਘੜੇ ਦੇ ਉੱਤੇ ਕੌਲਾ ਗਾਂ 'ਤੇ ਛੱਡੋ, ਹੈ ਨਾ। ਤਾਂ ਉੱਥੇ ਸਾਡੇ ਮਹਿਮ ਹੁੰਦੇ ਸੀ ਜਿਹੜੇ ਉਸ ਸਮੇਂ, ਜਿਹਨਾਂ ਨੂੰ ਅਸੀਂ ਭੈਣ ਜੀ ਕਿਹਾ ਕਰਦੇ ਸੀ ਉਸ ਟਾਈਮ। ਅੱਛਾ, ਸਾਡੀ ਭੈਣ ਜੀ ਨੇ ਉਸ ਖੂਬਸੂਰਤ ਅੰਦਾਜ਼ ਨਾਲ ਸਮਝਾਇਆ, ਅਸੀਂ ਤਾਂ ਉਦੋਂ ਦੂਜੀ ਤੀਜੀ 'ਚ ਹੋਵਾਂਗੇ, ਕਿ ਸਾਨੂੰ ਅੱਜ ਤੱਕ ਪਤਾ ਲੱਗਿਆ ਕਿ ਮਾੜਾ ਗਾਣਾ ਯਾਰ ਨਹੀਂ ਗਾਉਣਾ ਸਾਹਿਬ ਕਿਸੇ ਦੇ ਸਾਹਮਣੇ। ਕੋਈ ਕੁੜੀ ਲੰਘੀ ਜਾਂਦੀ ਹੈ ਕੋਲ ਦੀ, ਉਹਦੇ ਕੋਲੋਂ ਵੀ ਗਾ ਕੇ ਨਹੀਂ ਲੰਘਣਾ ਕਿਸੇ ਕਿਸਮ ਦਾ, ਘਰ 'ਚ ਵੀ ਨਹੀਂ ਗਾਉਣਾ।
ਉਤੋਂ ਲੈ ਕੇ ਅੱਜ ਤੱਕ ਤੁਸੀਂ ਦੇਖੋ ਮੇਰੀ ਕਲੈਕਸ਼ਨ ਹੈ ਜਿਹੜੀ ਨਿੱਜੀ ਕਲੈਕਸ਼ਨ, ਮੈਨੂੰ ਪਤਾ ਹੀ ਨਹੀਂ ਅੱਜ ਦੇ ਮਾਡਰਨ ਕੀ ਗਾਈ ਜਾਂਦੇ। ਹਾਂ ਜਿਮ 'ਚ ਕੰਨਾਂ 'ਚ ਪੈ ਜਾਂਦੇ ਆ, ਉੱਥੇ ਵੀ ਕੁਛ ਆਪਦਾ ਲਾ ਕੇ ਹੈੱਡਫੋਨ ਲਾ ਕੇ ਅਤੇ ਆਪਦਾ ਸੁਣ ਸਕਦੇ ਹਾਂ ਜਾਂ ਆਪਾਂ ਅਵੋਇਡ ਕਰਦੇ ਹਾਂ, ਚਲੋ ਸੁਣਨਾ ਕਿਸੇ ਨੇ ਸੁਣੀ ਜਾਵੇ। ਸੋ ਕਹਿਣ ਦਾ ਮਤਲਬ ਇਹ ਕਿ ਜਦੋਂ ਤੁਸੀਂ ਕਿਸੇ ਬੱਚੇ ਨੂੰ ਬੌਧਿਕ ਪੱਧਰ 'ਤੇ ਵਿਕਾਸਸ਼ੀਲ ਕਰ ਦਿੰਦੇ ਹੋ ਕਿ ਨਹੀਂ ਯਾਰ ਆਹ ਚੰਗਾ ਸੁਣਨਾ ਹੈ, ਚੰਗਾ ਤੂੰ ਦੇਖਣਾ ਹੈ, ਚੰਗਾ ਤੂੰ ਸੰਗਤ ਕਰਨਾ ਹੈ, ਤਾਂ ਮੇਰੇ ਖਿਆਲ ਨਾਲ ਬਹੁਤ ਹੱਲ ਹੋ ਸਕਦੇ ਆ। ਤੇ ਹੁਣ ਤੁਸੀਂ ਦੇਖੋਗੇ ਅੱਜ ਜਿੰਨੇ, ਮੈਂ ਜਿਵੇਂ ਕਿ ਕਿਹਾ ਜਿੰਨੇ ਆ ਸਟਾਰ ਆ ਅੱਜ ਦੇ ਸਟਾਰ, ਸਟਾਰ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਉਹ ਸਟਾਰ ਆ ਜਿਹੜੇ ਕਦੇ ਟੁੱਟਦੇ ਨਹੀਂ, ਜਿੱਦਾਂ ਯਮਲਾ ਚੰਦ, ਲਾਲ ਚੰਦ ਯਮਲਾ ਸਦਾਬਹਾਰ ਨੇ, ਸਦਾਬਹਾਰ ਆ। ਫਿਰ ਜਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਗੁਰਦਾਸ ਮਾਨ ਦਾ ਗਾਣਾ ਚੱਲਦਾ ਹੋਵੇ ਨਾ ਕੋਈ, ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ, ਤੇ ਪੁਰਾਣੇ ਤੋਂ ਪੁਰਾਣਾ ਬੰਦਾ ਵੀ ਗਾਉਣ ਲੱਗ ਜਾਂਦਾ ਨਵਿਆਂ ਦੇ ਗਲ ਲੱਗ ਕੇ, ਕਿਉਂਕਿ ਉਹ ਗਾਣੇ ਹੀ ਅਮਰ ਨੇ, ਗਾਣੇ ਅਮਰ ਨੇ, ਉਹ ਸਟਾਰ ਹੀ ਅਮਰ ਨੇ ਜਿਹੜੇ ਇਸ ਤਰ੍ਹਾਂ ਦੇ ਗਾਣੇ ਗਾ ਕੇ ਆ। ਯਾਨੀ ਇੱਕ ਵੱਖਰੀ ਜਿੱਦਾਂ ਹੁਣ ਹੈਗੀ ਆ, ਜੇ ਤੁਸੀਂ ਦੇਖੋਗੇ ਸਰਤਾਜ ਦੀ ਗਾਇਕੀ ਆ, ਜਿਹਨੇ ਸਰਤਾਜ ਦੀ ਗਾਇਕੀ ਦਾ ਲੁਤਫ ਲੈ ਲਿਆ ਉਹਨੂੰ ਪਤਾ ਹੀ ਨਹੀਂ ਹੈ, ਉਹਦੇ ਲਈ ਉਹ ਬਹੁਤ ਵੱਡੀ ਚੀਜ਼ ਆ। ਵਾਰਸ ਬ੍ਰਦਰਸ ਆ, ਵਾਰਸ ਭਰਾ, ਕਿੰਨੇ ਹੋਰ ਮੁੰਡੇ ਵੀ ਆ, ਯੰਗ ਮੁੰਡੇ ਵੀ ਆ, ਪਰ ਉਹ ਜਿਹੜੇ ਸਟਾਰ ਨੇ ਅੱਜ ਕੱਲ੍ਹ ਦੇ ਜਿਹੜੇ ਉਹ ਧੂਮ ਧੜੱਕੇ ਵਾਲੇ ਸਟਾਰ ਆ, ਚੱਕ ਦੂੰ ਤੱਕ ਦੂੰ ਵਾਲੇ ਸਟਾਰ ਆ, ਉਹ ਸਿਰਫ ਨੌਜਵਾਨਾਂ ਦੀ ਪਸੰਦ ਆ, ਤੇ ਉਹਨਾਂ ਨੂੰ ਵੀ ਲੋਕ ਲੋਕ ਗਾਇਕ ਕਹੀ ਜਾਂਦੇ ਆ, ਕੋਈ ਲੋਕ ਗਾਇਕ ਨਹੀਂ ਹੈਗੇ, ਇਹ ਸਿਰਫ ਕਹਿ ਲਓ ਕਿ ਨੋਟ ਗਾਇਕ ਆ, ਨੋਟ ਛਪੀ ਜਾਂਦੇ ਆ, ਨੋਟ ਆਈ ਜਾਂਦੇ ਆ, ਗਾਈ ਜਾਂਦੇ ਆ। ਤਾਂ ਕਹਿਣ ਦਾ ਮਤਲਬ ਇਹ ਕਿ ਅਜੇ ਵੀ ਤੁਹਾਡੇ ਕੋਲ ਆਡੀਅੰਸ ਹੈ ਜਿਹੜੀ ਇਹਨਾਂ ਨੂੰ ਨਹੀਂ ਸੁਣਦੀ, ਨਕਾਰਦੀ ਆ। ਤੁਸੀਂ ਸਾਰੇ ਕਹਿੰਦੇ ਹੋ ਕਿ ਯਾਰ ਸਾਰਾ ਪੰਜਾਬੀਆਂ ਦਾ ਤਾਂ ਬੇੜਾ ਗਰਕ ਹੋਇਆ, ਕੌਣ ਕਹਿੰਦਾ ਪੰਜਾਬੀਆਂ ਦਾ ਬੇੜਾ ਗਰਕ ਹੋਇਆ? ਜੇ ਬੇੜਾ ਗਰਕ ਹੋਇਆ ਹੋਵੇ ਫਿਰ ਵਾਰਸ ਭਰਾ ਕਿੱਦਾਂ ਸਰਵਾਈਵ ਕਰਦੇ, ਫਿਰ ਸਰਤਾਜ ਕਿਸ ਤਰ੍ਹਾਂ ਚਮਕਦਾ? ਅੱਜ ਵੀ ਤੁਸੀਂ ਦੇਖੋਗੇ ਕਿ ਕਿੰਨੇ ਗਾਇਕ ਆ ਜਿਹੜੇ ਫੋਕ ਗਾਉਂਦੇ ਆ, ਪਰ ਰੌਲਾ ਇਹ ਆ ਕਿ ਅਸੀਂ ਡਿਸਕਸ਼ਨਸ ਇਹਨਾਂ ਚੀਜ਼ਾਂ 'ਤੇ ਕਰਦੇ ਹਾਂ ਜਿਹੜੀਆਂ ਕਿ ਸਾਨੂੰ ਮੇਰੇ ਖਿਆਲ ਦੇ ਨਾਲ ਅੱਗੇ ਪ੍ਰਮੋਟ ਕਰਨੀਆਂ ਹੀ ਨਹੀਂ ਚਾਹੀਦੀਆਂ, ਅਸੀਂ ਉਹਨਾਂ 'ਤੇ ਕਦੇ ਨਹੀਂ ਕਰਦੇ। ਕੋਈ ਵੀ ਗਾਣਾ ਆਉਂਦਾ, ਆਹ ਪਿੱਛੇ ਜੇ ਇੱਕ ਕੁੜੀ ਦਾ ਗਾਣਾ ਵਾਇਰਲ ਹੋਇਆ ਸੀਗਾ, ਬਹੁਤ ਹੁਣ ਮੈਨੂੰ ਬੋਲ ਭੁੱਲ ਗਿਆ, ਬਹੁਤ ਮਿੱਠਾ ਗਾਣਾ ਸੀਗਾ, ਮਤਲਬ ਕਿ ਜਿੱਦਾਂ ਧੀਆਂ ਗਾਉਂਦੀਆਂ ਨੇ, ਲਗਾ ਹੁੰਦਾ ਬਾਬਲ ਦੇ ਵਿਹੜੇ ਦਾ, ਵਾਇਰਲ ਹੋਇਆ। ਅੱਜ ਤੱਕ ਕਿਸੇ ਪੱਤਰਕਾਰ ਨੇ ਉਹਦੀ ਇੰਟਰਵਿਊ ਨਹੀਂ ਕੀਤੀ, ਮੈਨੂੰ ਨਹੀਂ ਪਤਾ ਉਹ ਕੁੜੀ ਦਾ ਨਾਮ ਕੀ, ਔਰ ਕੁੜੀ ਦੀ ਆਵਾਜ਼ 'ਚ ਇੰਨੀ ਖਿੱਚ। ਹੋ ਸਕਿਆ ਤਾਂ ਮੈਂ ਤੁਹਾਨੂੰ ਲੱਭ ਕੇ ਦੇਊਂਗਾ, ਯੂਟਿਊਬ ਤੋਂ ਲਿੰਕ ਵੀ ਲੱਭ ਕੇ ਦੇ ਦੂੰਗਾ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਸਿੰਗਰ ਜਿਹੜੇ ਇੰਨੇ ਸੁਰੀਲੇ ਆ, ਇੰਨੇ ਸਮਾਜੀ ਗਾਣੇ ਗਾਉਂਦੇ ਆ, ਉਹਨਾਂ ਨੂੰ ਤਾਂ ਅਸੀਂ ਛੱਡ ਦਿੰਦੇ ਹਾਂ। ਅਸੀਂ ਕਿਹਨੂੰ ਫੜਦੇ ਹਾਂ? ਸਿੱਧੂ ਦਾ ਗਾਣਾ ਆ ਗਿਆ, ਸਿੱਧੂ ਨੇ ਆਹ ਕਰਤਾ, ਸਿੱਧੂ ਤਰੀਕ ਭੁਗਤਣਾ ਉਹਦਾ ਤਿਆਰ ਲੀਆਂ ਲੈ ਕੇ ਅਸੀਂ ਉਹਦੇ ਮੂੰਹ ਤੱਕ ਚਲ ਪਹੁੰਚ ਜਾਂਦੇ ਹਾਂ, ਠੀਕ ਹੈ ਨਾ। ਫਿਰ ਜੇ ਕੋਈ ਅਫਸਾਨਾ ਦਾ ਹੋ ਗਿਆ ਵਿਵਾਦ, ਸਾਰੇ ਉੱਧਰ, ਜੇ ਕੋਈ ਫਿਲਮ ਆ ਗਈ ਆ, ਸਾਰੀ ਡਿਸਕਸ਼ਨ ਉੱਧਰ। ਤਾਂ ਸਾਨੂੰ ਚੰਗਾਪਣ ਵੀ ਆ ਜਿਹੜਾ ਉਹ ਵੀ ਪ੍ਰਮੋਟ ਕਰਨਾ ਚਾਹੀਦਾ। ਅਸੀਂ ਉਹਨਾਂ ਨੂੰ ਨੁਕਸ ਦੇਈ ਜਾਂਦੇ ਹਾਂ ਜਾਂ ਆਡੀਅੰਸ ਨੂੰ ਨੁਕਸ ਦੇਈ ਜਾਂਦੇ ਹਾਂ ਕਿ ਨਹੀਂ ਯਾਰ ਇਹ ਚੰਗਾ ਸੁਣਦੇ ਨਹੀਂ, ਚੰਗਾ ਕਰਦੇ ਨਹੀਂ, ਪਰ ਜਿਹੜੇ ਚੰਗਾ ਸੁਣਦੇ ਆ ਉਹਨਾਂ ਨੂੰ ਕਿੰਨਾ ਕੁ ਅੱਗੇ ਲਿਆਉਂਦੇ ਆ, ਐਪਰੀਸ਼ੀਏਟ ਕਰਦੇ ਆ, ਅਤੇ ਜਿਹੜਾ ਚੰਗਾ ਗਾਉਂਦੇ ਆ, ਚੰਗਾ ਲਿਖਦੇ ਆ, ਉਹਨਾਂ ਨੂੰ ਕਿੰਨਾ ਕੁ ਐਪਰੀਸ਼ੀਏਟ ਕਰਦੇ ਆ? ਆਹ ਚਰਨ ਲਿਖਾਰੀ ਵਰਗੇ ਆ ਵਿਚਾਰੇ, ਆਹ ਹੁਣ ਥੋੜ੍ਹਾ ਜਿਹਾ ਚਲੋ ਆਇਆ ਦੌਰ, ਸੰਚਾਰ ਸਾਧਨ ਵਧੇ ਆ, ਇਹਨਾਂ ਨੂੰ ਚਾਰ ਬੰਦੇ ਜਾਣਨ ਲੱਗੇ ਆ। ਇਹਦੇ ਸ਼ਾਇਦ ਜੇ ਅੱਜ ਤੋਂ 15-20 ਸਾਲ ਪਹਿਲਾਂ ਹੁੰਦੇ, 25 ਸਾਲ ਪਹਿਲਾਂ ਹੁੰਦੇ, ਤਾਂ ਮੇਰੇ ਖਿਆਲ ਦੇ ਨਾਲ ਨੇੜੇ ਤੇੜੇ ਦੇ ਪਿੰਡਾਂ 'ਚ ਵੀ ਨਹੀਂ ਸੀ ਪਤਾ ਹੋਣਾ ਕਿ ਇਹੋ ਜਿਹੇ ਗੀਤਕਾਰ ਵੀ ਹੈਗੇ ਸਾਡੇ ਕੋਲ।
ਇਹੋ ਜਿਹੇ ਲੇਖਕ ਵੀ ਹੈਗੇ ਆ ਜਿਹੜੇ ਵਿਚਾਰੇ ਕਿਤਾਬ ਛੁਪਾਉਣ ਕੋਲ ਤੁਰੇ ਫਿਰਦੇ, ਉਹਨਾਂ ਕੋਲ ਬਹੁਤ ਮਿਆਰੀ ਸਿਆ ਹੈਗਾ ਸਾਹਿਤ। ਸੋ ਕਹਿਣ ਦਾ ਮਤਲਬ ਕਿ ਚੰਗੀਆਂ ਚੀਜ਼ਾਂ ਵੀ ਪ੍ਰਮੋਟ ਕਰਨੀਆਂ ਪੈਣਗੀਆਂ ਸਾਨੂੰ ਜੀ। ਅੱਛਾ ਗੁਰਸ਼੍ਰੀ ਸਾਹਿਬ, ਠੀਕ ਹੈ ਤੁਹਾਡੀ ਗੱਲ ਕਿ ਚੰਗੀਆਂ ਚੀਜ਼ਾਂ ਪ੍ਰਮੋਟ ਕਰਨੀਆਂ ਪੈਣਗੀਆਂ, ਚੰਗੇ ਲਿਸਨਰ ਲੈ ਕੇ ਆਉਣੇ ਪੈਣਗੇ ਜੀ। ਪਰ ਜਦੋਂ ਕਿਤੇ ਕਿਸੇ ਸਿੰਗਰ ਨੂੰ ਪੁੱਛਿਆ ਜਾਂਦਾ, ਉਹ ਆਖ ਦਿੰਦਾ ਕਿ ਯਾਰ ਸਾਨੂੰ ਕੋਈ ਇਨਵੈਸਟਰ ਨਹੀਂ ਮਿਲਦਾ ਜੇ ਅਸੀਂ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਹਾਂ, ਬੇਸ਼ੱਕ ਕੋਈ ਧਾਰਮਿਕ ਆ ਜਾਂ ਸੋਸ਼ਲ ਮੁੱਦਿਆਂ ਦੇ ਗਾਉਣੇ ਆ। ਜੇ ਕਿਸੇ ਪ੍ਰੋਡਿਊਸਰ ਨੂੰ, ਡਾਇਰੈਕਟਰ ਨੂੰ ਜਾਂ ਕਹਿ ਲਓ ਕਿ ਇਨਵੈਸਟਰ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਇਹਨਾਂ ਦੀ ਡਿਮਾਂਡ ਨਹੀਂ ਹੈ, ਤਾਂ ਫਿਰ ਇਹਨਾਂ ਨੂੰ ਸੁਣਦਾ ਕੌਣ ਆ? ਜਾਂ ਫਿਰ ਜਦੋਂ ਕੋਈ ਇਸ ਤਰ੍ਹਾਂ ਦੇ ਗਾਣੇ ਆ ਜਾਂਦੇ, ਫਿਰ ਉਦੋਂ ਵਿਵਾਦ ਖੜੇ ਹੋ ਜਾਂਦੇ ਆ। ਹਾਂ ਬਿਲਕੁਲ, ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਸਾਨੂੰ ਇਹ ਜਿਹੜੀ ਆਡੀਅੰਸ ਆ ਜੋ ਮਿਆਰੀ ਸੁਣਦੀ ਆ, ਤਾਂ ਉਹਨੂੰ ਥੋੜ੍ਹਾ ਜਿਹਾ ਹੋਰ ਵਸੀਹ ਕਰਨਾ ਪਊਗਾ। ਮੈਂ ਉਹੀ ਤਾਂ ਕਹਿ ਰਿਹਾ ਨਾ, ਮੇਰੀ ਗੱਲ ਦਾ ਮਜ਼ਮੂਨ ਹੀ ਉਹੀ ਆ ਕਿ ਤੁਸੀਂ ਇੱਕ ਐਸੀ ਜਮਾਤ ਪੈਦਾ ਕਰੋ ਜੋ ਬਹੁ ਗਿਣਤੀ 'ਚ ਹੋਵੇ, ਚੰਗੇ ਨੂੰ ਲਾਈਕ ਕਰਦੀ ਹੋਵੇ, ਤਾਂ ਆਟੋਮੈਟਿਕਲੀ ਫਿਰ ਉਹ ਵਪਾਰਕ ਇੱਕ, ਦੇਖੋ ਵਪਾਰਕ ਇੱਥੇ ਜੁੜੇ ਆ, ਮੈਂ ਮੰਨਦਾ ਗਾਇਕਾਂ ਦੇ ਵਪਾਰਕ ਇੱਥੇ ਜੁੜੇ ਆ। ਪਰ ਹੁਣ ਇੱਕ ਗਾਇਕ ਇੱਕ ਗਾਣਾ ਗਾ ਲਵੇ ਨਾ, ਉਹ ਪਹਿਲਾਂ ਭਾਵੇਂ ਬਾਪੂ ਵਾਲੇ ਗੱਡੇ 'ਤੇ ਬੈਠਾ ਹੋਵੇ, ਪਰ ਚਾਰ ਦਿਨਾਂ ਬਾਅਦ ਲਗਜ਼ਰੀ ਗੱਡੀ 'ਤੇ ਘੁੰਮਦਾ ਹੁੰਦਾ, ਇੰਨੀ ਕਮਾਈ ਆ। ਤੁਸੀਂ ਇੱਕ ਥਾਂ 'ਤੇ ਜਾ ਕੇ ਤਾਂ ਟਿਕ ਜਾਓ ਯਾਰ। ਸਿਗਰਟਾਂ ਦੀ ਡੱਬੀ 'ਤੇ ਵੀ ਇੱਕ ਵਾਰਨਿੰਗ ਲਿਖੀ ਹੁੰਦੀ ਆ, ਸ਼ਰਾਬ ਦੀ ਬੋਤਲ 'ਤੇ ਵੀ ਲਿਖੀ ਹੁੰਦੀ ਆ। ਤਾਂ ਤੁਸੀਂ ਠੀਕ ਆ ਕਮਰਸ਼ੀਅਲ ਗਾ ਲਓ, ਪਰ ਕਮਰਸ਼ੀਅਲ ਗਾਉਣ ਦੇ ਨਾਲ ਨਾਲ ਯਾਰ ਕੁਛ ਸਮਾਜ ਨੂੰ ਚੰਗਾ ਵੀ ਦਿੰਦੇ ਚੱਲੋ ਨਾ। ਦੋ ਗਾਣਿਆਂ 'ਚ ਤੁਸੀਂ ਸਟਾਰ ਬਣ ਜਾਂਦੇ ਹੋ, ਲੱਖਾਂ ਕਰੋੜਾਂ ਕਮਾ ਲੈਂਦੇ ਹੋ, ਮਹੀਨੇ ਦੇ ਚਾਰ ਸ਼ੋਅ ਲੱਗ ਜਾਣ ਅਤੇ ਚਾਰ ਸਾਲ ਦਾ ਖਰਚਾ ਨਿਕਲ ਆਉਂਦਾ ਜੇ ਬੰਦਾ ਸਹੀ ਰੀਤ ਨਾਲ ਚੱਲੇ। ਅਤੇ ਜੇ ਉਸ ਹਿਸਾਬ ਨਾਲ ਚੱਲੇ ਤਾਂ ਫਿਰ ਤਾਂ ਸਭ ਕੁਛ ਥੱਲੇ ਥੱਲੇ ਆ, ਬੇੜਾ ਕਰ ਗਿਆ। ਤਾਂ ਕਹਿਣ ਦਾ ਮਤਲਬ ਹੈ ਕਿ ਕਿਤੇ ਜਾ ਕੇ ਖੜ ਵੀ ਜਾਓ ਨਾ। ਠੀਕ ਹੈ ਮੈਂ ਮੰਨਦਾ ਪ੍ਰੋਡਿਊਸਰ ਜਿਹੜੇ ਪੈਸਾ ਲਾਉਂਦੇ ਆ, ਉਹਨਾਂ ਨੇ ਦੇਖਣਾ ਕੀ ਵੇਖ ਰਿਹਾ, ਤਾਂ ਉਹਦੇ ਵਾਸਤੇ ਸਾਨੂੰ ਬਾਜ਼ਾਰ ਆ ਜਿਹੜਾ ਉਹ ਬਦਲ ਦੇਣਾ ਚਾਹੀਦਾ। ਫਿਰ ਦੂਜੀ ਚੀਜ਼ ਆ ਕਿ ਗਾਇਕ ਜਾਂ ਜਿਹੜੇ ਗੀਤਕਾਰ ਆ, ਉਹ ਇੰਨਾ ਕੁ ਬੌਧਿਕ ਪੱਧਰ 'ਤੇ ਥੋੜ੍ਹਾ ਜਿਹਾ ਸੋਚਦੇ ਹੋਣ ਸਮਾਜਿਕ ਪੱਖ ਤੋਂ ਕਿ ਹਾਂ ਯਾਰ ਹੁਣ ਚਲੋ ਠੀਕ ਆ, ਆਪਣੇ ਪੈਸੇ ਆਉਣ ਲੱਗੇ, ਚਾਰ ਆਉਣ ਲੱਗੇ ਆ, ਅਤੇ ਅਸੀਂ ਇੱਥੋਂ ਥੋੜ੍ਹਾ ਜਿਹਾ ਨਿਕਲ ਕੇ ਕਮਰਸ਼ੀਅਲ ਤੋਂ, ਤਾਂ ਅਸੀਂ ਥੋੜ੍ਹਾ ਜਿਹਾ ਉਹ ਜਿਹੜਾ ਬਾਜ਼ਾਰ ਹੈ ਉਹ ਵਸੀਹ ਕਰੀਏ, ਮਿਆਰੀ ਬਾਜ਼ਾਰ ਜਿਹਨੂੰ ਆਪਾਂ ਕਹਿੰਦੇ ਹਾਂ, ਸਰੋਤਿਆਂ ਦਾ, ਦਰਸ਼ਕਾਂ ਦਾ। ਤਾਂ ਕੀ ਉਹ ਨਹੀਂ ਕੀਤਾ ਜਾ ਸਕਦਾ? ਯਾਨੀ ਜੇ ਇਹ ਨਹੀਂ ਕਰਦੇ, ਮੇਰਾ ਸਿੱਧਾ ਹੀ ਕਿਸੇ ਨੂੰ ਵੀ ਆ, ਮੈਂ ਨਾਂ ਨਹੀਂ ਲੈਂਦਾ ਏ ਬੀ ਸੀ ਨੂੰ, ਕਿਸੇ ਨੂੰ ਵੀ, ਜੇ ਉਹ ਇਹ ਵੀ ਨਹੀਂ ਕਰਦਾ ਕਿ ਕਮਰਸ਼ੀਅਲੀ ਗਾਇਕੀ ਦੇ ਨਾਲ ਕੋਈ ਮੈਸੇਜ ਨਹੀਂ ਦਿੰਦਾ ਯਾਰ, ਤਾਂ ਇਹਦਾ ਮਤਲਬ ਕੋਈ ਬਹਾਨੇਬਾਜ਼ ਆ ਕਿ ਨਹੀਂ ਜੀ ਕਮਰਸ਼ੀਅਲੀ ਸਾਡੀ ਮਜਬੂਰੀ ਆ। ਜੀ ਜੀ। ਅੱਛਾ ਗੁਰਸ਼੍ਰੀ ਸਾਹਿਬ, ਵੈਸੇ ਤਾਂ ਤੁਸੀਂ ਪੈਰ ਪੈਰ ਦੇ ਉੱਤੇ ਨਾਲ ਮਿਸਾਲ ਵੀ ਦਿੱਤੀ ਹੈ, ਨਾਲ ਨਾਲ ਸਲਾਹ ਵੀ ਦਿੱਤੀ ਹੈ, ਮਸ਼ਵਰੇ ਵੀ ਦਿੱਤੇ ਆ, ਪਰ ਸਾਡੇ ਜਿਹੜੇ ਵਿਊਰਸ ਆ ਉਹਨਾਂ ਨੂੰ ਤੁਸੀਂ ਕੀ ਦਿਓਗੇ? ਕਿਉਂਕਿ ਸਿੰਗਰਾਂ ਨੂੰ ਜਾਂ ਹੋਰ ਸਾਰੀਆਂ ਪਾਰਟੀਆਂ ਨੂੰ ਪਾਸੇ ਛੱਡ ਦਈਏ, ਆਮ ਲੋਕਾਂ ਨੂੰ ਤੁਸੀਂ ਕੀ ਕਹੋਗੇ? ਨਹੀਂ ਨਹੀਂ ਦੇਖੋ, ਮੈਂ ਨਾ ਤਾਂ ਮੈਸੇਜ ਦੇਣ ਜੋਗਾ, ਨਾ ਮੇਰਾ ਉਹ ਇੰਨਾ ਹੈਗਾ ਵਾ, ਹੈ ਨਾ, ਬੁੱਧੀ ਨਾ ਮੇਰੀ ਇੰਨੀ ਆ, ਅਤੇ ਤੁਸੀਂ ਤਾਂ ਮੈਨੂੰ ਪੱਤਰਕਾਰ ਆ ਕੇ ਕਹਿਤਾ, ਮੈਂ ਤਾਂ ਕਹਿੰਦਾ ਕਿ ਨਹੀਂ ਕੁਛ ਨਹੀਂ, ਮੈਂ ਤਾਂ ਪੱਤਰਕਾਰ ਵੀ ਹੈ ਨਹੀਂ, ਮੈਂ ਤਾਂ ਇੱਕ ਛੋਟਾ ਜਿਹਾ ਮਜ਼ਦੂਰ ਹਾਂ, ਕੋਈ ਸਰੀਰਕ ਮਜ਼ਦੂਰ ਹੁੰਦਾ, ਇੱਟਾਂ ਢੋਂਦਾ, ਕੋਈ ਵਿਚਾਰਾ ਜਿਹੜਾ ਉਹ ਕਿਸੇ ਸੀਰੀ ਦੇ ਤੌਰ 'ਤੇ ਜਾ ਕੇ ਸੀਰ ਕਰਦਾ ਕਿਸੇ ਜ਼ਿਮੀਂਦਾਰ ਦੇ ਨਾਲ। ਇੱਕ ਆਪਾਂ ਥੋੜ੍ਹੇ ਜਿਹੇ ਸੌਖੇ ਮਜ਼ਦੂਰ ਹਾਂ ਜਿਹੜੇ ਆਪਣੀ ਬੌਧਿਕ ਮਜ਼ਦੂਰੀ ਕਰੀ ਜਾਂਦੇ ਹਾਂ, ਦਿਮਾਗੀ ਮਜ਼ਦੂਰੀ ਕਰੀ ਜਾਂਦੇ ਹਾਂ, ਪਰ ਸ਼੍ਰੇਣੀ ਮੇਰੇ ਖਿਆਲ ਦੇ ਨਾਲ ਇਹੀ ਰਹੇ ਤਾਂ ਠੀਕ ਆ। ਤਾਂ ਦੂਜੀ ਚੀਜ਼ ਜਿਹੜੀ ਆ ਕਿ ਮੈਂ ਕੀ ਕਹਿਣਾ ਚਾਹੁੰਦਾ, ਦਰਅਸਲ ਮੈਂ ਕੁਛ ਵੀ ਕਹਾਂ ਉਹ ਮਾਇਨੇ ਨਹੀਂ ਰੱਖਦਾ, ਪਰ ਜੋ ਇਸ ਵੇਲੇ ਪੰਜਾਬ ਦੀ ਡਿਮਾਂਡ ਹੈ ਉਹ ਮਾਇਨੇ ਰੱਖਦੀ ਆ, ਜੋ ਸਾਡੇ ਹਾਲਾਤਾਂ ਦੀ ਡਿਮਾਂਡ ਉਹ ਮੰਗ ਰੱਖਦੀ ਹੈ, ਉਹ ਮਾਇਨੇ ਰੱਖਦੀ ਆ। ਮੰਗ ਕੀ ਰੱਖਦੀ ਹੈ ਸਾਡੇ ਕੋਲ, ਮਾਇਨੇ ਕੀ ਰੱਖਦੀ ਆ, ਉਹ ਇਹੀ ਆ ਕਿ ਦੇਖੋ ਸਾਨੂੰ ਬਹੁਤ ਜਲਦੀ ਸੰਭਲਣਾ ਪਵੇਗਾ। ਕੀ ਆ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਲੋਕ ਕਹਿੰਦੇ ਆ ਕਿ ਗਾਣਿਆਂ ਦਾ ਅਸਰ ਨਹੀਂ ਹੁੰਦਾ, ਬਿਲਕੁਲ ਹੁੰਦਾ, ਇਹ ਮੰਨਣਾ ਪਵੇਗਾ, ਮੈਂ ਇਸ ਚੀਜ਼ 'ਤੇ ਐਗਰੀ ਕਰਦਾ। ਜੋ ਲੋਕ ਡਿਫਰ ਕਰਦੇ, ਚਲੋ ਮੁਬਾਰਕ ਆ, ਹੁਣ ਥੱਲੇ ਪਤਾ ਨਹੀਂ, ਮੈਨੂੰ ਵੀ ਚੰਦ ਬੰਦੇ ਆ ਜਿਹੜੇ
ਕਈ ਤਰ੍ਹਾਂ ਦੇ ਸ਼ਬਦ ਬੋਲਣਗੇ, ਉਹ ਚਲੋ ਮੁਬਾਰਕ ਹੈ, ਮੈਂ ਝੋਲੀ ਚ ਪਵਾਉਣਾ ਹੈ ਨਾ, ਜੇ ਕੋਈ ਬੋਲਦਾ ਜੋ ਮੇਰੇ ਤੋਂ ਡਿਫਰ ਕਰਦਾ ਤਾਂ ਕੋਈ ਗੱਲ ਨਹੀਂ, ਵਿਰੋਧਾਭਾਸ ਹੋਣਾ ਚਾਹੀਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦ ਬੰਦਾ ਜਾਂ ਬੱਚਾ ਜਿਹੜਾ ਕੱਚੀ ਉਮਰ 'ਚ ਹੁੰਦਾ, ਜੋ ਜੇ ਉਹ ਵੇਖਦਾ, ਹੁਣ ਉਦਾਹਰਣ ਦੇ ਤੌਰ 'ਤੇ ਸਾਡੇ ਬੱਚੇ ਆ, ਉਹ ਜੋ ਦੇਖਦੇ ਆ, ਕਈ ਵਾਰ ਯੂਟਿਊਬ ਲਾ ਲਿਆ, ਫਿਰ ਉਹ ਉਹਦੀ ਨਾਲ ਦੀ ਨਾਲ ਨਕਲ ਕਰਦੇ, ਨਕਲ ਕਰਦੇ ਜੀ, ਹੈ ਨਾ। ਤਾਂ ਕਈ ਵਾਰ ਉਹ ਜਿਹੜੀ ਮਾਨਸਿਕਤਾ ਹੈ, ਹੁਣ ਜਿਹੜਾ ਤਾਂ ਮਾਂ ਬਾਪ ਪੜ੍ਹਿਆ ਲਿਖਿਆ, ਉਹ ਬੱਚੇ ਨੂੰ ਬਹੁਤ ਸ਼ਿੱਦਤ ਨਾਲ, ਬਹੁਤ ਪਿਆਰ ਨਾਲ ਅਤੇ ਬੜੇ ਕਾਰਗਰ ਢੰਗ ਨਾਲ ਸਮਝਾ ਸਕਦਾ। ਪਰ ਜਿਹੜਾ ਅੱਜ ਅਨਪੜ੍ਹ ਹੈ ਜਾਂ ਘੱਟ ਪੜ੍ਹਿਆ ਲਿਖਿਆ, ਮਾਫ਼ ਕਰਨਾ, ਜੋ ਥੋੜ੍ਹਾ ਜਿਹਾ ਆਰਥਿਕ ਤੌਰ 'ਤੇ ਵੀ ਪਛੜਿਆ ਮਾਂ ਬਾਪ ਹੈ, ਉਹ ਇਹਨਾਂ ਚੀਜ਼ਾਂ ਨੂੰ ਨੋਟਸ ਹੀ ਨਹੀਂ ਕਰੇਗਾ। ਉਹ ਤਾਂ ਕਹੂਗਾ ਬੱਚਾ ਚਲੋ ਧਿਆਨ ਨਹੀਂ ਲੱਗਾ, ਵਧੀਆ। ਜੇ ਉਹ ਨਕਲਾਂ ਕਰੂਗਾ ਉਹਨਾਂ ਦੀਆਂ, ਤਾਂ ਉਹ ਕਹੂਗਾ ਆਹ ਮੁੰਡਾ ਦੇ ਐਕਟਰ ਬਣੂ ਵੱਡਾ ਹੋ ਕੇ। ਪਰ ਅਸੀਂ ਕਹਿੰਦੇ ਨੇ ਕਿ ਉਹਦੀ ਮਾਨਸਿਕਤਾ 'ਚ ਇਹ ਕਿਸ ਤਰ੍ਹਾਂ ਦਾ ਪ੍ਰਭਾਵ ਜਾ ਰਿਹਾ, ਦੁਸ਼ਪ੍ਰਭਾਵ। ਤਾਂ ਇੱਕ ਵੇਲੇ ਫਿਰ ਉਹਨੂੰ ਇਹ ਨਹੀਂ ਪਤਾ ਕਿ ਯਾਰ ਨਾਂ ਕੱਢਣ ਲਈ, ਮਸ਼ਹੂਰ ਹੋਣ ਲਈ, ਟੀ ਵੀ 'ਚ ਆਉਣ ਲਈ, ਫਿਲਮਾਂ 'ਚ ਆਉਣ ਲਈ ਅਸੀਂ ਚੰਗੇ ਕੰਮ ਵੀ ਕਰ ਸਕਦੇ ਹਾਂ। ਚੰਗੇ ਲੋਕਾਂ 'ਤੇ ਵੀ ਫਿਲਮਾਂ ਬਣੀਆਂ, ਜਿਹੜੇ ਮਹਾਨ ਹੋਏ ਆ, ਪੂਰਨ ਸਿੰਘ ਹੈਗੇ ਨਾ ਜੀ, ਭਗਤ ਜੀ ਜਿਹਨਾਂ ਨੂੰ ਆਪਾਂ ਭਗਤ ਪੂਰਨ ਸਿੰਘ ਕਹਿੰਦੇ ਹਾਂ, ਪਿੰਗਲ ਵਾਲੇ ਵਾਲੇ, ਉਹਨਾਂ 'ਤੇ ਵੀ ਫਿਲਮ ਬਣੀ ਆ ਨਾ, ਬਣੀ ਆ ਨਾ। ਸਾਡੇ ਬੱਚਿਆਂ ਨੂੰ ਨਹੀਂ ਪਤਾ ਹੋਏਗਾ ਕਿ ਫਿਲਮ ਡਾਕੂਆਂ ਦਾ ਮੁੰਡਾ ਪੁੱਛ ਲਓ, ਮਿੰਟੂ ਗੁਰੂਸਰ 'ਤੇ ਬਣੀ ਆ। ਬੱਚਿਆਂ ਨੂੰ ਵੀ ਪਤਾ, ਪੰਜਾਬ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਹੋਊਗਾ, ਮੈਨੂੰ ਨਹੀਂ ਕੋਈ ਜਾਣਦਾ, ਪਰ ਜਦੋਂ ਕੋਈ ਦੱਸਦਾ ਉਹ ਕਹਿੰਦਾ ਹਾਂ ਇਹਨੂੰ ਤਾਂ ਮੈਂ ਵੇਖਿਆ ਸੀ ਟੀਵੀ 'ਚ, ਇੱਦਾਂ ਮੈਂ ਫਿਲਮ ਵੇਖੀ ਆ। ਪਰ ਭਗਤ ਜੀ ਦੀ ਫਿਲਮ ਤਾਂ ਕਿਸੇ ਨੂੰ ਪਤਾ ਨਹੀਂ ਕਿ ਨੇਕ ਕਰਮ ਕਰਕੇ ਸਾਡੇ ਵਰਗੇ ਤਾਂ ਵਧੀਆ ਕਰਕੇ ਚਲਵਾਏ ਆ ਜ਼ਿੰਦਗੀ 'ਚ, ਅਤੇ ਮਾਫ਼ ਕਰਨਾ, ਮੈਂ ਮਾਫ਼ੀ ਵੀ ਮੰਗਦਾ ਉਹਨਾਂ ਵਧੀਆਂ ਵਾਸਤੇ, ਸਦਾ ਮੰਗਦਾ ਵੀ ਰਹੂੰਗਾ ਜੀ। ਪਰ ਭਗਤ ਜੀ ਨੇ ਜੋ ਕੰਮ ਕੀਤੇ ਆ, ਸਾਨੂੰ ਬੱਚਿਆਂ ਨੂੰ ਇਹ ਸਮਝਾਉਣ 'ਚ ਦੇਰ ਹੋ ਜਾਂਦੀ ਹੈ ਕਿ ਨਾਂ ਕੱਢਣ ਵਾਸਤੇ ਬਦਨਾਮ ਹੋਣਾ ਜ਼ਰੂਰੀ ਨਹੀਂ ਹੈ। ਫਿਲਮਾਂ 'ਚ, ਟੀਵੀਆਂ 'ਚ, ਅਖਬਾਰਾਂ 'ਚ ਛਪਣ ਵਾਸਤੇ ਸਿਰਫ ਬਦਨਾਮ ਹੋਣਾ ਜ਼ਰੂਰੀ, ਵਧੀਆ ਕਰਨੀਆਂ ਜ਼ਰੂਰੀ ਨਹੀਂ। ਨੇਕ ਕਰਮ ਜਿਹੜੇ ਕਰਦੇ ਆ ਉਹਨਾਂ ਦੀਆਂ ਵੀ ਛਪਦੀਆਂ ਤਸਵੀਰਾਂ, ਸਾਡੇ ਬੱਚੇ ਜਾ ਕੇ ਆਸਟ੍ਰੇਲੀਆ 'ਚ ਜਾ ਕੇ ਜਦੋਂ ਪੁਲਿਸ 'ਚ ਭਰਤੀ ਹੁੰਦੇ ਆ, ਛਪਦੀਆਂ ਨਾ ਫੋਟੋ। ਬਿਲਕੁਲ। ਜਦੋਂ ਸਾਡੇ ਬੰਦੇ ਜਾ ਕੇ ਅਮੈਰੀਕਾ 'ਚ, ਸਾਡੇ ਸਿੱਖ ਜਾ ਕੇ ਇੱਕ ਪੋਲੀਟੀਕਲ ਸਿਨਾਰੀਓ 'ਚ ਚਮਕਦੇ ਆ ਜਾ ਕੇ, ਛਪਦੀਆਂ ਨਾ ਖਬਰਾਂ, ਇੱਦਾਂ ਵੀ ਛਪਿਆ ਜਾ ਸਕਦਾ, ਇੱਦਾਂ ਵੀ ਸ਼ੋਹਰਤ ਹਾਸਲ ਕੀਤੀ ਜਾ ਸਕਦੀ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਜਦੋਂ ਬੱਚਾ ਕੱਚੀ ਉਮਰ 'ਚ ਹੁੰਦਾ, ਕੱਚੀ ਮਿੱਟੀ ਹੁੰਦਾ, ਇਹ ਚੀਜ਼ਾਂ ਕਈ ਵਾਰ ਉਹਦੀ ਮਾਨਸਿਕਤਾ 'ਚ ਐਸਾ ਕਿੱਲ ਬਣ ਕੇ ਖੁੱਭ ਜਾਂਦੀਆਂ ਕਿ ਫਿਰ ਸਾਰੀ ਜ਼ਿੰਦਗੀ ਉਹਦੇ ਵਿੱਚੋਂ ਬਰਬਾਦੀ ਰਿਸਦੀ ਰਹਿੰਦੀ ਹੈ। ਤਾਂ ਕੱਚੀ ਉਮਰ, ਮੈਂ ਉਹੀ ਕਹਿੰਦਾ, ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਆ। ਜਿਹੜੇ ਮਾਂ ਬਾਪ ਇਸ ਤਰ੍ਹਾਂ ਨਹੀਂ ਕਰ ਸਕਦੇ, ਮਾਫ਼ ਕਰਨਾ, ਮੈਂ ਟੀਚਰਾਂ ਨੂੰ ਕਹੂੰਗਾ, ਉਹ ਵੀ ਮਾਂ ਬਾਪ ਆ, ਉਹ ਇਹ ਉੱਦਮ ਕਰਨ ਜੀ। ਬਹੁਤ ਬਹੁਤ ਮਿਹਰਬਾਨੀ ਗੁਰੂਸਰ ਸਾਹਿਬ, ਤੁਸੀਂ ਸਮਾਂ ਕੱਢਿਆ ਜੀ। ਤਾਂ ਇੱਕ ਵਾਰੀ ਫਿਰ ਮੈਂ ਤੁਹਾਡਾ ਧੰਨਵਾਦ ਕਰਦਾ। ਸੋ ਇਹ ਸਨ ਮਿੰਟੂ ਗੁਰੂਸਰੀਆ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਆਖਿਆ ਕਿ ਜੇ ਸਰੋਤਿਆਂ ਨੂੰ ਸਮਝਾਉਣ ਦੀ ਲੋੜ ਆ ਤਾਂ ਦੂਸਰੇ ਪਾਸੇ ਸਿੰਗਰਾਂ ਨੂੰ ਵੀ ਸਮਝਣ ਦੀ ਲੋੜ ਆ। ਜਾਂ ਇਹ ਆਖ ਸਕਦੇ ਹਾਂ ਕਿ ਜੇ ਸਿੰਗਰਾਂ ਨੂੰ ਜਾਂ ਜਿਹੜੇ ਗੀਤਕਾਰ ਨੇ ਜਾਂ ਕਲਾਕਾਰ ਨੇ ਸਾਰਿਆਂ ਨੂੰ ਜੇ ਉਹਨਾਂ ਨੂੰ ਅਸੀਂ ਉਹਨਾਂ ਦੇ ਨੁਕਸ ਕੱਢਦੇ ਪਏ ਤਾਂ ਦੂਸਰੇ ਪਾਸੇ 'ਤੇ ਸਾਨੂੰ ਆਪਣੇ ਆਪ ਹੀ ਬਦਲਣਾ ਪਏਗਾ।